ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤੋਂ 97 ਸਾਲ ਪਹਿਲਾਂ ਗੁਰਦੁਆਰਾ ਨਨਕਾਣਾ ਸਾਹਿਬ ਦਾ ਮੋਰਚਾ ਲੱਗਿਆ ਸੀ ਤੇ ਨਨਕਾਣਾ ਸਾਹਿਬ ਦਾ ਸਾਕਾ ਵਾਪਰਿਆ ਸੀ। ਉਸ ਵੇਲੇ ਅੰਗਰੇਜ਼ਾਂ ਦਾ ਰਾਜ ਸੀ ਤੇ ਜਿਹੜੇ ਗੁਰਦੁਆਰਾ ਸਾਹਿਬਾਨ ਸੀ, ਅੰਗਰੇਜ਼ ਸਮਝਦਾ ਸੀ ਕਿ ਗੁਰਦੁਆਰਾ ਸਾਹਿਬਾਨ ਇਹ ਸਟੇਟ ਵਿਦ ਇਨ ਸਟੇਟ ਨੇ। ਇਹ ਸਿੱਖ ਲੋਕ ਗੁਰਦੁਆਰਾ ਸਾਹਿਬਾਨ ਦੀ ਸੰਸਥਾ ਦੇ ਰਾਹੀਂ ਇਹ ਰੀਓਰਗਨਾਈਜ਼ ਹੋ ਸਕਦੇ ਨੇ, ਆਪਣੀ ਸਟਰੈਂਥ ਨੂੰ ਮਜ਼ਬੂਤ ਕਰਕੇ, ਤੇ ਇਹ ਸਾਨੂੰ ਪੰਜਾਬ ਚੋਂ, ਇੰਡੀਆ ਚੋਂ ਵਾਪਸ ਭਜਾ ਸਕਦੇ ਨੇ। ਇਸ ਕਰਕੇ ਅੰਗਰੇਜ਼ ਚਾਹੁੰਦਾ ਸੀ ਕਿ ਜਿਹੜਾ ਗੁਰਦੁਆਰਿਆਂ ਦਾ ਕੰਟਰੋਲ ਜਿਹੜਾ ਉਹਨਾਂ ਦੇ ਕੋਲ ਰਹੇ ਤੇ ਗੁਰਦੁਆਰਾ ਸੰਸਥਾ ਕਮਜ਼ੋਰ ਹੋਵੇ ਤੇ ਗੁਰਦੁਆਰਿਆਂ ਉੱਤੇ ਗਲਤ ਲੋਕਾਂ ਦਾ ਕਬਜ਼ਾ ਹੋਵੇ। ਇਹੀ ਕਾਰਨ ਹੈ ਕਿ ਇੱਕ ਵਾਰ ਦਰਬਾਰ ਸਾਹਿਬ ਦੀਆਂ ਚਾਬੀਆਂ ਵੀ ਅੰਗਰੇਜ਼ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਆਪਣੇ ਹੱਥਾਂ ਚ ਲੈ ਲਈਆਂ ਤੇ ਫਿਰ ਜਦੋਂ ਬਾਬਾ ਖੜਕ ਸਿੰਘ ਜੀ ਹੋਰਾਂ ਨੇ ਮੋਰਚਾ ਲਾਇਆ ਤੇ ਉਹਨੂੰ ਅਕਾਲ ਤਖ਼ਤ ਤੇ ਆ ਕੇ ਉਹ ਚਾਬੀਆਂ ਵਾਪਸ ਕਰਨ ਆਉਣਾ ਪਿਆ ਸੀ। ਇਸੇ ਤਰੀਕੇ ਨਾਲ ਜਿਹੜੇ ਗੁਰਦੁਆਰਾ ਸਾਹਿਬਾਨ ਸੀ ਉਹਨਾਂ ਤੇ ਮਹੰਤਾਂ ਦਾ ਕਬਜ਼ਾ ਸੀ ਤੇ ਮਹੰਤ ਜਿਹੜੇ ਆ ਉਹ ਕਰਪਟ ਹੋ ਚੁੱਕੇ ਸੀ ਤੇ ਆਚਰਣਹੀਨ ਹੋ ਚੁੱਕੇ ਸੀ ਤੇ ਅੰਗਰੇਜ਼ ਜਿਹੜੇ ਆ ਉਹ ਉਹਨਾਂ ਦੀ ਪਿੱਠ ਤੇ ਸੀ। ਇਸੇ ਤਰ੍ਹਾਂ ਹੀ ਜਿਹੜਾ ਗੁਰਦੁਆਰਾ ਨਨਕਾਣਾ ਸਾਹਿਬ ਹੈ, ਗੁਰੂ ਨਾਨਕ ਦੇਵ ਜੀ ਦਾ ਬਰਥ ਪਲੇਸ, ਇੱਥੋਂ ਦਾ ਜਿਹੜਾ ਮਹੰਤ ਸੀ ਉਹਦਾ ਨਾਂ ਸੀ ਨਰਾਇਣ ਦਾਸ। ਇਹ ਪੂਰਾ ਗੁੰਡਾ, ਬਦਚਲਨ ਤੇ ਅਜਾਸੀ ਬੰਦਾ ਸੀ, ਭ੍ਰਿਸ਼ਟ ਬੰਦਾ ਸੀ ਤੇ ਗੁਰਦੁਆਰਾ ਨਨਕਾਣਾ ਸਾਹਿਬ ਤੇ ਇਹ ਕਾਬਜ਼ ਸੀ, ਅੰਗਰੇਜ਼ ਇਹਦੀ ਪਿੱਠ ਤੇ ਸੀ। ਇਹ ਕਿਸੇ ਦਾ ਡਰ ਨਹੀਂ ਸੀ ਸਮਝਦਾ, ਗੁੰਡੇ ਇਹਨੇ ਰੱਖੇ ਹੋਏ ਸੀ ਤੇ ਮਰਿਆਦਾ ਦਾ ਘਾਣ ਡਾ ਰਿਹਾ ਸੀ। ਗੁਰਦੁਆਰਾ ਸਾਹਿਬ ਦੀ ਜਿਹੜੀ ਗੋਲਕ ਹੈ ਉਹਦੇ ਪੈਸਿਆਂ ਦੇ ਨਾਲ ਇਹ ਸ਼ਰਾਬਾਂ ਪੀਂਦਾ ਸੀ। ਗੁਰੂ ਘਰ ਚ ਮੱਥਾ ਟੇਕਣ ਆਈਆਂ ਲੜਕੀਆਂ ਦੀ ਇੱਜ਼ਤ ਦੇ ਨਾਲ ਖਿਲਵਾੜ ਕਰਦਾ ਸੀ ਤੇ ਸਿੱਖਾਂ ਨੇ, ਸਿੱਖ ਜੁਝਾਰੂਆਂ ਨੇ, ਪੰਥਕ ਸੋਚ ਵਾਲਿਆਂ ਨੇ, ਪੰਥਕਾ ਧਰਮਕਾ ਜੈਕਾਰ ਚਾਉਣ ਵਾਲਿਆਂ ਨੇ, ਪੰਥ ਕੀ ਜੀਤ ਮੰਗਣ ਵਾਲਿਆਂ ਨੇ, ਪੰਥ ਦਰਦੀਆਂ ਨੇ ਮਹਿਸੂਸ ਕੀਤਾ ਕਿ ਇਹ ਗੁਰਦੁਆਰੇ ਮਹੰਤਾਂ ਕੋਲੋਂ ਯਾਦ ਕਰਵਾਉਣੇ ਪੈਣਗੇ, ਇਹਦੇ ਲਈ ਸੰਘਰਸ਼ ਲੜਨਾ ਪਏਗਾ, ਇਹਦੇ ਲਈ ਸਹਾਦਤਾਂ ਵੀ ਹੋਣਗੀਆਂ। ਸੋ ਇੱਕ ਗੁਰਦੁਆਰਾ ਸੁਧਾਰ ਲਹਿਰ ਚੱਲੀ, ਗੁਰਦੁਆਰਾ ਆਜ਼ਾਦ ਕਰਵਾਉਣ ਦੀ ਲਹਿਰ ਚੱਲੀ ਤੇ ਜਦੋਂ ਮਹੰਤ ਨਰਾਇਣ ਦਾਸ ਦੇ ਗੁੰਡੇ ਕਾਰੇ ਸਾਹਮਣੇ ਆਉਣ ਲੱਗੇ ਤੇ 19 ਫਰਵਰੀ 1921 ਨੂੰ ਭਾਈ ਲਛਮਣ ਸਿੰਘ ਜੀ, ਜਿਹੜੇ ਕਿ ਬਟਾਲੇ ਲਾਗੇ ਜ਼ਿਲ੍ਹਾ ਗੁਰਦਾਸਪੁਰ ਚ ਉਹਨਾਂ ਦਾ ਪਿੰਡ ਸੀ, ਉਹਨਾਂ ਦਾ ਸ਼ਹੀਦੀ ਜਥਾ ਨਨਕਾਣਾ ਸਾਹਿਬ ਪਹੁੰਚਿਆ। ਇਸ ਗੁੰਡੇ ਮਹੰਤ ਨਰੈਣੂ ਨੇ ਤੇ ਇਹਦੇ ਬੰਦਿਆਂ ਨੇ ਅੱਗਿਓਂ ਗੋਲੀਆਂ ਚਲਾਤੀਆਂ, ਵੱਡੀ ਗਿਣਤੀ ਵਿਚ ਸਿੱਖ ਸ਼ਹੀਦ ਹੋ ਗਏ। 150 ਦੇ ਕਰੀਬ ਸਿੱਖ ਸ਼ਹੀਦਾਂ ਦਾ ਜ਼ਿਕਰ ਇਤਿਹਾਸ ਵਿਚ ਆਉਂਦਾ ਤੇ ਭਾਈ ਲਛਮਣ ਸਿੰਘ ਜਿਹਨੂੰ ਜੰਡ ਨਾਲ ਬੰਨ ਕੇ, ਇਹ ਜੰਡ ਗੁਰਦੁਆਰਾ ਨਨਕਾਣਾ ਸਾਹਿਬ ਦੇ ਬਿਲਕੁਲ ਸਾਹਮਣੇ ਤੇ ਮਹੰਤ ਨਰਾਇਣ ਦਾਸ ਦੇ ਗੁੰਡਿਆਂ ਨੇ ਭਾਈ ਲਛਮਣ ਸਿੰਘ ਨੂੰ ਗੁਰਦੁਆਰਾ ਸਾਹਿਬ ਦੇ ਸਾਹਮਣੇ ਜੰਡ ਨਾਲ ਬੰਨ ਕੇ ਤੇ ਅੱਗ ਲਾ ਕੇ ਜਿੰਦਾ ਸਾੜ ਦਿੱਤਾ ਗਿਆ। ਇਸ ਤੋਂ ਪਹਿਲਾਂ ਕਿ ਮੈਂ ਅਗਲੇ ਦਿਨ 20 ਫਰਵਰੀ ਦੀ ਗੱਲ ਕਰਾਂ, ਔਰ ਅਰਦਾਸ ਰੋਜ਼ ਕਰਦੇ ਹਾਂ ਕਿ ਜਿਨ੍ਹਾਂ ਨੂੰ ਜੰਡਾਂ ਨਾਲ ਬੰਨ ਕੇ ਸਾੜਿਆ ਗਿਆ ਤਿਨ੍ਹਾਂ ਦੀ ਕਬਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਰੋਜ਼ ਅਰਦਾਸ ਹੁੰਦੀ ਹੈ ਗੁਰੂ ਘਰਾਂ ਦੇ ਵਿੱਚ, ਰੋਜ਼ 2 ਟਾਈਮ ਅਸੀਂ ਇਹ ਧਿਆਨ ਧਰ ਕੇ ਵਾਹਿਗੁਰੂ ਬੋਲਦੇ ਹਾਂ, ਪਰ ਮੈਂ ਅਜੇ ਤੱਕ ਨਹੀਂ ਸਮਝ ਸਕਿਆ ਕਿ ਧਿਆਨ ਕਾਹਦਾ ਧਰਦੇ ਹਾਂ। ਸ਼ਾਇਦ ਸਾਡਾ ਧਿਆਨ ਉਸ ਵੇਲੇ ਕੜਾ ਪ੍ਰਸਾਦੀ ਦੇਗ ਵਿੱਚ ਹੁੰਦਾ ਕਿ ਹੁਣ ਦੇਗ ਵਰਤੇਗੀ ਤੇ ਦੇਗ ਛਕਾਂਗੇ ਤੇ ਫਿਰ ਆਪੋ ਆਪਣੇ ਘਰ ਨੂੰ ਜਾਵਾਂਗੇ, ਕਿਉਂਕਿ ਸਾਨੂੰ ਸਿੱਖਸ ਹੈਲਪਿੰਗ ਸਿੱਖਸ ਵੱਲੋਂ ਸਹਿਜ ਪਾਠ ਮਹਿਮ ਦੇ ਤਹਿਤ ਰੋਜ਼ਾਨਾ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਚ ਸੈਮੀਨਾਰ ਕਰਨ, ਬੱਚਿਆਂ ਦੇ ਨਾਲ ਗੱਲਾਂ ਕਰਨ ਲਈ ਜਾਣਾ ਪੈਂਦਾ।
ਤੇ ਮੈਂ ਅਕਸਰ ਐਮਏ ਦੇ ਬੱਚਿਆਂ ਨੂੰ ਵੱਡੇ ਬੱਚਿਆਂ ਨੂੰ ਇਹ ਸਵਾਲ ਪੁੱਛਦਾ ਭਈ ਅਰਦਾਸ ਦੇ ਵਿੱਚ ਜੰਡ ਦਾ ਜ਼ਿਕਰ ਆਉਂਦਾ ਦੱਸੋ ਇਹ ਜੰਡ ਕਿਹੜੀ ਹੈ ਇਹਦਾ ਕੀ ਇਤਿਹਾਸ ਹੈ ਤੁਸੀਂ ਰੋਜ਼ ਪੜ੍ਹਦੇ ਹੋ ਜੇ ਰੋਜ਼ ਪੜ੍ਹਦੇ ਹੋ ਰੋਜ਼ ਸੁਣਦੇ ਹੋ ਅਰਦਾਸ ਵਿੱਚ ਸ਼ਾਮਲ ਹੁੰਦੇ ਹੋ ਤੇ ਇਹ ਸਾਨੂੰ ਪਤਾ ਹੋਣਾ ਚਾਹੀਦਾ ਤੇ ਮੈਨੂੰ ਕੋਈ ਵੀ ਬੱਚਾ ਇਹ ਜੰਡ ਦੱਸ ਨਹੀਂ ਪਾਉਂਦਾ ਵੀ ਅਰਦਾਸ ਵਾਲੀ ਜੰਡ ਕਿਹੜੀ ਹੈ ਫਿਰ ਮੈਂ ਦੂਜਾ ਸਵਾਲ ਪੁੱਛਦਾ ਵੀ ਤੁਸੀਂ ਕਿਹੜੀ ਜੰਡ ਜਾਣਦੇ ਹੋ ਤੇ ਮੈਂ ਹੈਰਾਨ ਹੁੰਦਾ ਵੀ ਜਿਹੜੀ ਜੰਡ ਦੇ ਥੱਲੇ ਮਿਰਜ਼ਾ ਵੱਢਿਆ ਸੀ ਨਾ ਉਹ ਜੰਡ ਨੂੰ ਕੱਲਾ ਕੱਲਾ ਬੱਚਾ ਜਾਣਦਾ ਹੈ ਇਹ ਕਹਿ ਲਓ ਕਿ ਜਿਹੜਾ ਆਤਮਕ ਮੌਤ ਦਾ ਰਾਹ ਵਾ ਉਹਨੂੰ ਹਰ ਇੱਕ ਜਾਣਦਾ ਉਹਨੂੰ ਦੱਸਣ ਵਾਲੇ ਬਹੁਤ ਨੇ ਪਰ ਜਿਹੜਾ ਮੇਰੇ ਗੁਰੂ ਦਾ ਰਾਹ ਵਾ ਜਿਹੜਾ ਮੇਰੇ ਧਰਮ ਦਾ ਰਾਹ ਵਾ ਉਹ ਸਾਡੇ ਬੱਚਿਆਂ ਨੂੰ ਦੱਸਣ ਵਾਲਾ ਕੋਈ ਨਹੀਂ ਜੇ ਸਾਡੇ ਬੱਚੇ ਨਹੀਂ ਜਾਣਦੇ ਤੇ ਮੈਂ ਇਹੀ ਕਹਿ ਸਕਦਾ ਕਿ ਨਾ ਮਾਪਿਆਂ ਨੇ ਮਾਪੇ ਦੱਸਦੇ ਨੇ ਨਾ ਅਧਿਆਪਕ ਦੱਸਦੇ ਨੇ ਨਾ ਗ੍ਰੰਥੀ ਸਾਹਿਬਾਨ ਦੱਸਦੇ ਨੇ ਮਤਲਬ ਕੋਈ ਦੱਸ ਹੀ ਨਹੀਂ ਪਾ ਰਿਹਾ ਕਿ ਉਹ ਵਾਲੀ ਜੰਡ ਕਿਹੜੀ ਹੈ ਜਿਹੜੀ ਜੰਡ ਥੱਲੇ ਐਡੀ ਵੱਡੀ ਸ਼ਹਾਦਤ ਹੋਈ ਉਹ ਸਾਡੇ ਬੱਚਿਆਂ ਨੂੰ ਨਹੀਂ ਪਤਾ ਤੇ ਜਿਹੜਾ ਮਿਰਜ਼ਾ ਵੱਢਿਆ ਉਹ ਕੀ ਕਹਾਣੀ ਹੈ ਕਿ ਜੇ ਮੈਂ ਅੱਜ ਦੇ ਈਡੀਅਮ 'ਚ ਗੱਲ ਕਰਾਂ ਤੇ ਸਾਹਿਬਾ ਜਿਹੜੀ ਹੈ ਇੱਕ ਲੜਕੀ ਉਹ ਆਪਣੇ ਬੁਆਏਫ੍ਰੈਂਡ ਮਿਰਜ਼ੇ ਨੂੰ ਮਿਲਣ ਜਾਂਦੀ ਹੈ ਘਰੋਂ ਬੰਕ ਕਰਦੀ ਹੈ ਇਨਡਿਸਿਪਲਿਨ ਕ੍ਰੀਏਟ ਕਰਦੀ ਹੈ ਤੇ ਉਹਦੇ ਭਰਾਵਾਂ ਨੂੰ ਪਤਾ ਲੱਗ ਜਾਂਦਾ ਉਹ ਡਾਢੇ ਸੀ ਤੇ ਉਹ ਮਿਰਜ਼ੇ ਨੂੰ ਵੱਢ ਕੇ ਟੋਟੇ ਟੋਟੇ ਕਰਕੇ ਉਹ ਜੰਡ ਦੇ ਵਿੱਚ ਭੁਆਂ ਮਾਰਦੇ ਨੇ ਤੇ ਉਹਦੇ ਟੋਟੇ ਟੋਟੇ ਕਰਕੇ ਉੱਥੇ ਉਹਨੂੰ ਸੁੱਟ ਦਿੰਦੇ ਨੇ ਉਹ 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 ਜਿਹੜਾ ਬੰਕ ਹੈ ਜਿਹੜਾ ਇਨਡਿਸਿਪਲਿਨ ਹੈ ਜਿਹੜਾ ਉਹ ਘਰਦਿਆਂ ਤੋਂ ਚੋਰੀ ਅਜਿਹੇ ਕੰਮ ਲਈ ਜਾਣਾ ਉਹਨੂੰ ਪਿਆਰ ਦਾ ਨਾਮ ਦੇਖ ਕੇ ਸਾਡੇ ਬੱਚਿਆਂ ਦੇ ਅੰਦਰ ਕੁੱਟ ਕੁੱਟ ਕੇ ਭਰਿਆ ਜਾਂਦਾ ਪਰ ਜਿਹੜਾ ਨਨਕਾਣਾ ਸਾਹਿਬ ਦਾ ਗੁਰਦੁਆਰਾ ਮਹੰਤਾਂ ਤੋਂ ਆਜ਼ਾਦ ਕਰਵਾਉਣ ਲਈ ਭਾਈ ਲਛਮਣ ਸਿੰਘ ਨੇ ਸ਼ਹਾਦਤ ਦਿੱਤੀ ਜਿਹੜੀ ਜੰਡ ਨਾ ਬਣ ਕੇ ਉਹਨੂੰ ਸਾੜਿਆ ਇਹ ਸਾਡੇ ਬੱਚਿਆਂ ਵਾਲੇ ਨੂੰ ਬੱਚਿਆਂ ਨੂੰ ਦੱਸਣ ਵਾਲਾ ਕੋਈ ਨਹੀਂ ਦੂਜੀ ਗੱਲ ਮੈਂ ਇਸ ਇਤਿਹਾਸ ਨੂੰ ਹੋਰ ਅੱਗੇ ਲੈ ਕੇ ਜਾਂਦਾ ਫਿਰ ਅਗਲੇ ਦਿਨ ਜਿਹੜਾ ਅਗਲੀਆਂ ਜਿਹੜੀਆਂ ਤਰੀਕਾਂ ਸੀ ਅਗਲੇ ਦਿਨਾਂ ਦੇ ਵਿੱਚ ਇਹਨਾਂ ਸ਼ਹਾਦਤਾਂ ਦਾ ਸੰਸਕਾਰ ਹੁੰਦਾ ਜਿਹੜੇ ਸ਼ਹੀਦਾਂ ਦਾ ਕਿਉਂਕਿ ਫਿਰ ਜਦੋਂ ਇਹ ਕੁਝ ਘਟਨਾ ਵਾਪਰ ਜਾਂਦੀ ਹੈ ਤੇ ਫਿਰ 20 ਫਰਵਰੀ 1921 ਨੂੰ ਅੱਜ ਦੇ ਦਿਨ ਸਾਡੇ ਪੰਥਕ ਜਜ਼ਬੇ ਵਾਲੇ ਸਰਦਾਰ ਕਰਤਾਰ ਸਿੰਘ ਝੱਬੜ ਦਾ ਜਥਾ ਸ਼ਸਤਰਾਂ ਨਾਲ ਲੈਸ ਹੋ ਕੇ ਫਿਰ ਨਨਕਾਣਾ ਸਾਹਿਬ ਪੁੱਜਦਾ ਜਦੋਂ ਇਹ ਸ਼ਸਤਰਾਂ ਨਾਲ ਲੈਸ ਹੋ ਕੇ ਜਾਂਦੇ ਆ ਤੇ ਅੰਗਰੇਜ਼ ਸਰਕਾਰ ਵੀ ਭੈਭੀਤ ਹੋ ਜਾਂਦੀ ਹੈ ਤੇ ਇਹ ਮਹੰਤ ਜਿਹੜੇ ਆ ਉਥੋਂ ਭੱਜ ਜਾਂਦੇ ਨੇ ਤੇ ਫਿਰ ਸ਼ਹੀਦਾਂ ਦਾ ਦੀਆਂ ਲਾਸਾਂ ਦਾ ਜਿਹੜਾ ਸੰਸਕਾਰ ਹੈ ਉਹ ਕੀਤਾ ਜਾਂਦਾ ਅਗਲੇ ਦਿਨਾਂ ਚ 21 ਤਰੀਕ ਨੂੰ ਤੇ 20 ਤਰੀਕ ਨੂੰ ਇਹ ਗੁਰਦੁਆਰੇ ਦਾ ਸਮੁੱਚਾ ਪ੍ਰਬੰਧ ਜਿਹੜਾ ਉਹ ਸਿੰਘ ਆਪਣੇ ਕਬਜ਼ੇ ਵਿੱਚ ਲੈ ਲੈਂਦੇ ਨੇ ਸੋ 1-1 ਕਰਕੇ ਇਹ ਗੁਰਦੁਆਰਾ ਸਾਹਿਬ ਮਹੰਤਾਂ ਦੇ ਕਬਜ਼ੇ ਚੋਂ ਆਜ਼ਾਦ ਹੁੰਦੇ ਨੇ ਤੇ ਫਿਰ ਇਹਨਾਂ ਗੁਰਦੁਆਰਿਆਂ ਦੇ ਪ੍ਰਬੰਧ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਦੀ ਹੈ ਫਿਰ ਇਸ ਕਮੇਟੀ ਦੇ ਫੈਸਲਿਆਂ ਨੂੰ ਇੰਪਲੀਮੈਂਟ ਕਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਬਣਦਾ ਸੋ ਇਹ ਬਹੁਤ ਸਾਰੇ ਇੰਜ ਦੇ ਮੋਰਚੇ ਲੱਗੇ ਬੜੀ ਵੱਡੀ ਇਹ ਗੁਰਦੁਆਰਾ ਸੁਧਾਰ ਲਹਿਰ ਚੱਲੀ ਤੇ ਇਹ ਸਾਰਾ ਇਤਿਹਾਸ ਜਿਹੜਾ ਇਹ ਵੱਖ ਵੱਖ ਸਮਿਆਂ ਤੇ ਸਾਂਝਾ ਕੀਤਾ ਜਾ ਸਕਦਾ ਕਰਦਾ ਰਵਾਂਗਾ ਤੇ ਅੱਜ ਦਾ ਜਿਹੜਾ ਇਤਿਹਾਸ ਮੈਂ ਤੁਹਾਡੀ ਸੇਵਾ ਚ ਰੱਖਿਆ ਆਓ ਦਾਦੀ ਕਲਚਰ ਨਾਨੀ ਕਲਚਰ ਸਾਖੀ ਕਲਚਰ ਸ਼ੁਰੂ ਕਰੀਏ ਮਾਵਾਂ ਸਿੱਖ ਮਾਵਾਂ ਬਣ ਜਾਣ ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਦੀ ਗੁੜਤੀ ਦਈਏ ਆਪਣੇ ਇਤਿਹਾਸ ਨਾਲ ਜੋੜੀਏ ਤਾਂ ਕਿ ਉਹ ਆਪਣੀਆਂ ਟਰੈਡੀਸ਼ਨਸ ਆਪਣੀ ਕਲਚਰ ਨੂੰ ਪਿਆਰ ਕਰ ਸਕਣ ਇਹਨੂੰ ਅਪਣਾ ਸਕਣ ਇੱਥੇ ਮਾਣ ਕਰ ਸਕਣ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਭੁੱਲਾਂ ਚੁੱਕਾਂ ਦੀ ਖਿਮਾ ਸਾਰੇ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।